ਅਮਰੀਕਾ ਨੇ ਨਿਗਰਾਨੀ ਗੁਬਾਰੇ ਦਾ ਮਲਬਾ ਚਾਈਨਾ ਨੂੰ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਜਸੂਸੀ ਗੁਬਾਰੇ ਨੂੰ ਦੱਖਣੀ ਕੈਰੋਲਿਨਾ ਦੇ ਤੱਟ ਤੇ ਅਟਲਾਂਟਿਕ ਮਹਾਸਾਗਰ ਵਿੱਚ ਮਾਰਿਆ ਗਿਆ ਸੀ ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਚਾਈਨਾ ਦੇ ਸਬੰਧਾਂ ਤੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਸ਼ੱਕੀ ਚੀਨੀ ਜਸੂਸ ਗੁਬਾਰੇ ਨੂੰ ਡੇਗਣ ਨਾਲ ਵਾਸ਼ਿੰਗਟਨ ਅਤੇ ਬੀਜਿੰਗ ਵਿਚਾਲੇ ਸਬੰਧ ਕਮਜ਼ੋਰ ਨਹੀਂ ਹੋਏ ਨੇ ਵਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਜੋ ਬਾਈਡਨ ਨੇ ਕਿਹਾ ਕਿ ਉਹਨਾਂ ਦਾ ਹਮੇਸ਼ਾ ਇਹ ਵਿਸ਼ਵਾਸ ਰਿਹਾ ਹੈ ਕਿ ਗੁਬਾਰੇ ਨੂੰ ਜਲਦੀ ਤੋਂ ਜਲਦੀ ਹੇਠਾਂ ਸੁੱਟ ਦਿੱਤਾ ਜਾਣਾ ਚਾਹੀਦਾ ਹੈ ਇਹ ਪੁੱਛ ਜਾਣ ਤੇ ਕੀ ਗਵਾਰੇ ਦੀ ਘਟਨਾ ਨੇ ਅਮਰੀਕਾ ਚਾਈਨਾ ਸਬੰਧਾਂ ਨੂੰ ਕਮਜ਼ੋਰ ਕੀਤਾ ਹੈ ਜੋ ਵਾਈਡਨ ਨੇ ਕਿਹਾ ਕਿ ਹਾਂ ਕਿ ਨਹੀਂ ਅਸੀਂ ਚਾਈਨਾ ਨੂੰ ਸਪਸ਼ਟ ਕਰ ਦਿੰਦਾ ਹੈ ਕਿ ਅਸੀਂ ਕੀ ਕਰਨ ਜਾ ਰਹੇ ਹਾਂ ਉਹ ਸਾਡੀ ਸਥਿਤੀ ਨੂੰ ਸਮਝਦੇ ਨੇ ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂ ਅਸੀਂ ਸਹੀ ਕੰਮ ਕੀਤਾ ਅਤੇ ਇਹ ਕਮਜ਼ੋਰ ਜਾਂ ਮਜ਼ਬੂਤ ਹੋਣ ਦਾ ਸਵਾਲ ਨਹੀਂ ਹੈ ਇਹ ਅਸਲੀਅਤ ਹੈ